ਸਾਡੇ 10-12 ਪਿੰਡਾਂ ਨੂੰ ਵੈਸੇ ਪ੍ਰੋਬਲਮ ਸੀ ਇਸ ਫੈਕਟਰੀ ਤੋਂ, ਇਹਦੀ ਬਹੁਤ ਗੰਦੀ ਬਦਬੂ ਆਉਂਦੀ ਆ ਅਤੇ ਅਸੀਂ ਅੱਜ 26 ਦਿਨ ਹੋ ਗਏ ਲਗਾਤਾਰ ਧਰਨੇ 'ਤੇ ਬੈਠਿਆਂ ਨੂੰ। ਅਸੀਂ ਇਹਦੇ ਰੋਸ ਵਜੋਂ ਚੋਣਾਂ ਦਾ ਬਾਈਕਾਟ ਕੀਤਾ, ਕਿਉਂਕਿ ਨਾ ਸਾਡੇ ਕੋਲ ਕੋਈ ਸਰਕਾਰੀ ਅਧਿਕਾਰੀ ਪਹੁੰਚੇ ਨੇ, ਨਾ ਸਾਡੀ ਕਿਸੇ ਨੇ ਕੋਈ ਚੰਗੀ ਤਰ੍ਹਾਂ ਸੁਣਵਾਈ ਕੀਤੀ ਹੈ। ਜਿਹੜੇ 1-2 ਪਿੰਡ ਦੇ ਵਾਸੀ ਵੋਟ ਪਾ ਕੇ ਆਏ ਨੇ, ਕਹਿੰਦੇ ਉਹਨਾਂ ਦਾ ਵੀ ਕੋਈ ਉਹਨਾਂ ਦੇ ਖਿਲਾਫ਼ ਕੋਈ ਫੈਸਲਾ ਲਿਆ ਗਿਆ ਜੀ? ਦੇਖੋ ਜੀ, ਇਹ ਕੋਈ ਆਪਦਾ ਵੋਟ ਪਾਉਣ ਆਪਦਾ ਅਧਿਕਾਰ ਆ, ਅਤੇ ਅਸੀਂ ਸਮਝਾਇਆ ਸਾਡਾ ਜਿਹੜਾ ਫਰਜ਼ ਸੀਗਾ ਮੋਰਚੇ ਕੰਨੀ ਉਹ, ਅਤੇ ਜੇ 1-2 ਬੰਦੇ ਪਾਏ ਆਏ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਏਕਤਾ ਦਿਖਾ ਕੇ ਸਾਰਿਆਂ ਦੇ 0% ਲਗਭਗ ਬੋਲਿੰਗ ਹੋ ਰਹੀ ਹੈ ਕਿ ਉਸ ਤੋਂ ਬਾਅਦ ਕੋਈ ਰਿਜ਼ਲਟ ਆਊਗਾ ਸਾਹਮਣੇ? ਸਾਨੂੰ ਸਾਡੇ ਨਗਰ ਅਤੇ ਆਲੇ ਦੁਆਲੇ ਦੇ ਨਗਰਾਂ 'ਤੇ ਮਾਣ ਹੈ ਇਸ ਗੱਲ ਦਾ ਵੀ ਸਾਡੀ ਆਵਾਜ਼ ਹਰ ਘਰ ਤੱਕ, ਹਰ ਇਨਸਾਨ ਤੱਕ ਪਹੁੰਚੀ ਆ। ਹਰੇਕ ਨੂੰ ਇਹਦਾ ਤਕਲੀਫ ਸੀਗੀ, ਹਰੇਕ ਬੰਦੇ ਨੇ ਆਪਦਾ ਪ੍ਰੋਟੈਸਟ ਇਸ ਚੀਜ਼ ਦਾ ਕੀਤਾ ਵੀ ਮੈਨੂੰ ਤਕਲੀਫ ਆ, ਮੈਂ ਵੋਟਾਂ ਦਾ ਬਾਈਕਾਟ ਕਰੂੰ। ਔਰ ਸਾਡਾ 100% ਬਾਈਕਾਟ ਰਹੂਗਾ ਜੀ, 1-2-4 ਬੰਦੇ ਤਾਂ ਛੱਡੇ ਜਾ ਸਕਦੇ ਹੁੰਦੇ ਨੇ, ਉਹ ਕੋਈ ਚੱਕਰ ਨਹੀਂ। ਟੋਟਲ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਜਿਨ੍ਹਾਂ ਦੇ ਬਾਈਕਾਟ ਹੋਗਾ, ਕੀ ਨਾਮ ਹੈ? ਦੇਖੋ, ਇੱਕ ਤਾਂ ਸਾਡਾ ਪਹਿਲਾਂ ਮੋਢੀ ਨਗਰ ਹੈਗਾ ਘੰਗਰਾਲੀ ਰਾਜਪੂਤਾਂ ਜੀ, ਇਹਦੇ ਨਾਲ ਗਾਜੀਪੁਰ ਬੀਡ ਕਿਸ਼ਨ ਸਿੰਘ ਵਾਲਾ, ਗੋਬਿੰਦਪੁਰਾ ਨਵਾਂ ਪਿੰਡ ਜੀ, ਗੱਗੜ ਮਾਜਰਾ, ਕਿਸ਼ਨਗੜ੍ਹ, ਮਹਿੰਦੀਪੁਰ, ਰਾਏਪੁਰ। ਅਸੀਂ ਇਹਨਾਂ ਸਾਹਮਣੇ ਮੰਗ ਰੱਖੀ ਆ ਵੀ ਜਿਹੜਾ ਸਾਡਾ ਮਸਲਾ ਸਾਡਾ ਧਰਨਾ ਫੈਕਟਰੀ ਦੇ ਖਿਲਾਫ਼ ਆ, ਜਿਸ ਤਰ੍ਹਾਂ ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ਼ ਲੱਗਿਆ ਸੀ, ਉਹੀ ਪ੍ਰੋਬਲਮ ਸਾਨੂੰ ਆ ਜੋ ਉੱਥੇ ਦੇ ਲੋਕਾਂ ਨੂੰ ਸੀਗੀ। ਸਾਡਾ ਇਹੀ ਇਹਨਾਂ ਨੂੰ ਕਹਿਣਾ ਵੀ ਇਹ ਜ਼ਿਆਦਾ ਪੂਰੇ ਮਾਪਦੰਡਾਂ 'ਤੇ ਨਹੀਂ ਹੈਗੀ ਫੈਕਟਰੀ, ਇਹਨੂੰ ਬੰਦ ਕਰਾਇਆ ਜਾਵੇ, ਚਾਲੂ ਕਿਉਂ ਰੱਖੀ ਗਈ ਇੰਨਾ ਚਿਰ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਜੀ, ਕੀ ਹੈਗਾ ਜਿਹੜਾ ਤੁਸੀਂ ਵੋਟਾਂ ਦਾ ਬਾਈਕਾਟ ਕਰਕੇ ਕੀ ਵੋਟਾਂ ਪਾਈਆਂ ਜਾ ਰਹੀਆਂ ਨੇ, ਕੀ ਨਹੀਂ? ਨਹੀਂ ਜੀ, ਵੋਟਾਂ ਦਾ ਸਾਡੇ ਵੱਲੋਂ ਪਿੰਡ ਵੱਲੋਂ ਬਾਈਕਾਟ ਆ, ਸਾਡੇ ਪਿੰਡ ਦਾ ਪੂਰਾ ਇੱਕ ਆ ਵਾ, ਕਿਉਂਕਿ ਜਿਹੜੀ ਇਹ ਦੂਸ਼ਿਤ ਫੈਕਟਰੀ ਆ ਇਹਦੇ ਵਿਰੋਧ ਕਰਕੇ ਅਸੀਂ ਆਪਦਾ ਰੋਸ ਜ਼ਾਹਰ ਕਰਿਆ ਵੀ ਅਸੀਂ ਵੋਟਾਂ ਨਹੀਂ ਪਾਵਾਂਗੇ। ਕਿੰਨੇ ਪਿੰਡਾਂ ਦਾ ਬਾਈਕਾਟ ਅਤੇ ਕਿੰਨੀਆਂ ਵੋਟਾਂ ਜਿਹੜੀਆਂ ਪੋਲ ਨਹੀਂ ਹੋਣਗੀਆਂ? ਹਾਂਜੀ, ਪਿੰਡ ਹੈਗੇ ਨੇ ਜੀ, ਦੇਖੋ ਘੰਗਰਾਲੀ ਹੋ ਗਿਆ, ਕਿਸ਼ਨਗੜ੍ਹ ਹੋ ਗਿਆ, ਗਾਜੀਪੁਰ ਹੋ ਗਿਆ, ਅਤੇ ਨਵਾਂ ਪਿੰਡ ਉੱਥੋਂ ਵੀ ਆ, ਅਤੇ ਇੱਕ ਰਾਏਪੁਰ। ਉਸ ਤੋਂ ਬਾਅਦ ਹੈਰਾਨੀ ਦੀ ਗੱਲ ਆ ਵੀ ਜਿਹੜਾ ਪਿੰਡਾਂ ਨੇ ਸਾਡੇ ਨਾਲ ਪਹਿਲਾਂ ਜਾਣੀ ਮਤਲਬ ਬਾਈਕਾਟ ਦਾ ਨਹੀਂ ਕਿਹਾ ਸੀ, ਉਹ ਪਿੰਡਾਂ ਦੇ ਵਿੱਚ ਵੀ ਇਸ ਟਾਈਮ ਬਾਈਕਾਟ ਦਾ ਹੰਗਾਰਾ ਆ ਰਿਹਾ, ਬਹੁਤ ਘੱਟ ਵੋਟ ਪੈ ਰਹੀ ਆ, ਕਿਉਂਕਿ ਉਹ ਥੋੜ੍ਹਾ ਜਿਹਾ ਪਿੰਡ ਲੇਟ ਇਹ ਚੀਜ਼ ਨੂੰ ਤੁਰੇ ਨੇ, ਕਿਉਂਕਿ ਹੁੰਦੇ ਆ ਪਾਰਟੀਆਂ ਦੇ ਆਪਦੇ ਮਸਲੇ। ਫੈਸਲਾ ਕਿਉਂ ਲੈਣਾ ਪਿਆ ਬਾਈਕਾਟ ਦਾ ਜੀ? ਵੀਰ ਜੀ, ਦੇਖੋ ਕੈਂਸਰ ਫੈਕਟਰੀ ਆ ਜੀ, ਸਾਡੇ ਇਹ ਖੇਤ ਵੀ ਖਰਾਬ ਕਰ ਰਹੀ ਆ, ਅਤੇ ਹਵਾ ਦੂਸ਼ਿਤ ਕਰ ਰਹੀ ਆ, ਅਤੇ ਪਾਣੀ, ਸਾਨੂੰ ਸਾਹ ਨਹੀਂ ਆਉਂਦਾ ਜਦੋਂ ਇਹਦੀ ਬਦਬੂ ਆਉਂਦੀ ਆ ਉੱਧਰ ਨੂੰ, ਗੈਸ ਦੀ ਸਮੈਲ ਆਉਂਦੀ ਆ ਗੰਦੀ, ਤਾਂ ਸਾਨੂੰ ਸਾਹ ਨਹੀਂ ਆਉਂਦਾ। ਪਿੰਡ ਸਾਡੇ ਬਜ਼ੁਰਗ ਬੜੇ ਔਖੇ ਨੇ, ਸਾਡੇ ਬੱਚੇ ਬੜੇ ਔਖੇ ਨੇ, ਸਾਡੇ ਸਕੂਲ ਦੇ ਵਿੱਚ 3-4 ਜਵਾਕ ਬੇਹੋਸ਼ ਹੋ ਚੁੱਕੇ ਨੇ ਇਹਦੇ ਨਾਲ। ਤੁਹਾਡੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੋਟਾਂ ਨੂੰ ਲੈ ਕੇ ਪਹਿਲਾਂ ਕੋਈ ਆਇਆ ਨਹੀਂ ਵੀ ਜਿਹੜਾ ਤੁਸੀਂ ਬਾਈਕਾਟ ਕਰਿਓ ਨਾ ਕਰੋ ਇਹਨਾਂ ਨੂੰ? ਹਾਂਜੀ, ਆਉਂਦੇ ਰਹੇ ਆ ਜੀ, ਅਸੀਂ ਉਹਨਾਂ ਨੇ ਇੱਕੋ ਮੰਗ ਰੱਖੀ ਸੀ ਵੀ ਇਹਨੂੰ ਜਿੰਦਾ ਲਾਓ, ਬੰਦ ਕਰੋ, ਅਸੀਂ ਵੋਟਾਂ ਪਾਉਣ ਨੂੰ ਤਿਆਰ। ਪਹਿਲਾਂ ਲੋਕ ਸਭਾ ਦਾ ਜਾਂ ਫਿਰ ਆਉਣ ਵਾਲੀ ਜੇਕਰ ਫੈਕਟਰੀ ਬੰਦ ਰਹੀ ਹੁੰਦੀ ਤਾਂ ਸਾਰੇ ਇਲੈਕਸ਼ਨ ਬਾਈਕਾਟ? ਹਾਂਜੀ, ਇਹ ਦੇਖਾਂਗੇ ਜੀ, ਇਹ ਜੇ ਸਾਡਾ ਕੋਈ ਨਹੀਂ ਹੋਊਗਾ ਤਾਂ ਅਸੀਂ ਫੈਸਲੇ ਲਵਾਂਗੇ, ਸਖਤ ਕਰਾਂਗੇ ਗਾਂ, ਜਿਵੇਂ ਸਾਡਾ ਪਿੰਡ ਅਤੇ ਸਾਡੇ ਆਲੇ ਦੁਆਲੇ ਦੇ ਨਗਰ ਸਾਡੇ ਨਾਲ ਨੇ, ਜਿਹੜਾ ਉਹ ਫੈਸਲਾ ਲੈਣਗੇ ਜਾਂ ਕਹਿਣਗੇ ਅਸੀਂ ਕਰਾਂਗੇ, ਜਿਹੜਾ ਅੱਜ ਕਰਿਆ ਹੋ ਸਕਦਾ ਇਦੋਂ ਵੀ ਅਸੀਂ ਕੋਈ ਵੱਡਾ ਕਰੀਏ। ਕੀ ਨਾਮ ਤੁਹਾਡਾ ਜੀ? ਮਨਿੰਦਰ ਸਿੰਘ, ਤਹਿਸੀਲਦਾਰ ਖੰਨਾ ਜੀ। ਸਰ, ਤੁਸੀਂ ਇੱਥੇ ਆਏ ਹੋ, ਇਹਨਾਂ ਨਾਲ ਕੀ ਗੱਲਬਾਤ ਕਰਨਾ ਹੈ? ਇੱਕ ਤਾਂ ਇਹ ਕਾਫੀ ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਫੈਕਟਰੀ ਵਾਲਿਆਂ ਦੇ ਖਿਲਾਫ, ਕਿਸਾਨ ਪਿੰਡਾਂ 4 ਪਿੰਡਾਂ ਕੰਨੀਓ ਚੱਲ ਰਿਹਾ ਹੈ ਆਪਣੇ, ਅਤੇ ਨਾਲ ਇਹ 'ਚ ਕਿਸਾਨ ਯੂਨੀਅਨ ਦਾ ਸਹਿਯੋਗ ਹੈ, ਅਤੇ ਇਹਦੇ ਵਾਸਤੇ ਮੈਂ ਇਹਨਾਂ ਕੋਲ ਆਇਆ ਸੀ ਕਿ ਇਹਨਾਂ ਨੇ ਇਲੈਕਸ਼ਨ ਦਾ ਬਾਈਕਾਟ ਕੀਤਾ ਹੋਇਆ ਸੀਗਾ, ਉਹਦੇ 'ਚ ਬੇਨਤੀ ਕਰਨ ਆਇਆ ਸੀਗਾ, ਅਤੇ ਇੱਕ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਹੈ ਉਹਦੇ ਸੰਬੰਧੀ ਅਸੀਂ ਆਪਣੇ ਪੋਲਿਊਸ਼ਨ SDO ਪੋਲਿਊਸ਼ਨ ਬੋਰਡ ਤੋਂ ਜਾਂਚ ਕਰਵਾਈ ਸੀਗੀ, ਉਹਦੀ ਰਿਪੋਰਟ ਇਹਨਾਂ ਨੂੰ ਦੇ ਦਿੱਤੀ ਸੀਗੀ,
ਉਹਦੇ 'ਚ ਜੇ ਮਤਲਬ ਜਿਹੜੇ ਇਹਨਾਂ ਨੂੰ ਲੱਗਦਾ ਵੀ ਠੀਕ ਹੋਈ ਹੈ ਜਾਂਚ ਜਾਂ ਨਹੀਂ ਹੋਈ, ਇੱਕ ਉਹ ਮੈਂ ਇਹਨਾਂ ਨਾਲ ਡਿਸਕਸ ਕਰਨਾ ਹੈ ਸੀ। ਸਰ ਜਿਸ ਤਰ੍ਹਾਂ ਹੁਣ ਤੱਕ ਪੋਲਿੰਗ ਜਿਹੜੀ ਹੈ ਨਾ ਮਾਤਰੇ ਹੋਈ ਹੈ, ਦੋ ਦੋ ਤਿੰਨ ਤਿੰਨ ਵੋਟਾਂ ਪਈਆਂ ਨੇ ਪੋਲਿੰਗ ਬੂਥਾਂ 'ਤੇ, ਅਤੇ ਇੱਕ ਪਾਸੇ ਆਪਾਂ ਪਰਸੈਂਟੇਜ ਵਧਾਉਣ ਦੀ ਗੱਲ ਕਰਦੇ ਹਾਂ, ਲੱਗਦਾ ਕਿ ਤੁਸੀਂ ਇਹਨਾਂ ਨੂੰ ਮਨਾਓਗੇ ਹੁਣ ਜੀ? ਦੇਖੋ ਇਹ ਤਾਂ ਇਹਨਾਂ 'ਤੇ ਹੈ ਜੇ ਇਹਨਾਂ ਨੂੰ ਲੱਗਦਾ, ਕਿਉਂਕਿ ਜਿਹੜੇ ਇਹਨਾਂ ਦੇ ਹੱਕ ਨੇ ਜਾਂ ਇਹਨਾਂ ਦਾ ਜਿਹੜਾ ਰੋਸ ਹੈ ਜੇ ਕਿਸੇ ਚੀਜ਼ 'ਤੇ ਹੈਗਾ, ਉਹ ਵੀ ਇਹਨਾਂ ਦਾ ਹੱਕ ਹੈ, ਜਮਹੂਰੀ ਹੱਕ ਹੈ ਵੀ ਜੇ ਕਿਸੇ 'ਤੇ ਇਤਰਾਜ਼ ਕਰਨਾ ਤਾਂ। ਸਰ ਜੇ ਪਹਿਲਾਂ ਐਫਰਟਸ ਕੀਤੇ ਜਾਂਦੇ, ਮੰਨ ਲਓ ਕੋਈ ਜਿਹਨੇ ਅਧਿਕਾਰੀ ਹੋ ਕੇ ਇਹਨਾਂ ਨੂੰ ਕੋਈ ਇਹੋ ਜਿਹਾ ਭਰੋਸਾ ਦਿੰਦੇ ਕਿ ਵੋਟਾਂ ਦਾ ਬਾਈਕਾਟ ਨਾ ਕਰਦੇ? ਨਹੀਂ, ਵੈਸੇ ਮੈਂ ਲਗਾਤਾਰ ਇੱਕ ਮਹੀਨੇ ਤੋਂ ਹੀ ਐਫਰਟ ਕਰ ਰਿਹਾ ਸੀ ਉਹਦੇ ਸੰਬੰਧ 'ਚ। ਅਸੀਂ ਪਿਛਲੇ 21 ਨੂੰ ਰਿਪੋਰਟ ਵੀ ਭੇਜ ਦਿੱਤੀ ਸੀ ਪੋਲਿਊਸ਼ਨ ਬੋਰਡ ਦੇ SDO ਨੇ ਸਾਨੂੰ ਦਿੱਤੀ ਸੀ, ਫੈਕਟਰੀ ਦੇ ਖਿਲਾਫ ਜਿਹੜੇ ਨੇ ਨੋਰਮ ਨਹੀਂ ਜਿਹੜੇ ਪੂਰੇ ਕੀਤੇ ਸੀ ਉਹਨਾਂ ਨੇ, ਉਹਦੀ ਅਸੀਂ DC ਸਾਹਿਬ ਨੂੰ ਰਿਪੋਰਟ ਵੀ ਭੇਜ ਦਿੱਤੀ ਹੈ, ਉਹਦੀ ਕਾਪੀ ਵੀ ਇਹਨਾਂ ਨੂੰ ਦੇ ਦਿੱਤੀ ਸੀ। ਹੁਣ ਤੁਹਾਡੀ ਇਹਨਾਂ ਨਾਲ ਗੱਲ ਹੋਈ ਕੋਈ ਵੋਟ ਪਾਉਣ ਨੂੰ ਲੈ ਕੇ, ਜਿਵੇਂ ਕਿ ਜਮਾਂ ਹੀ 0% ਦੀ ਜਿਹੜੀ ਹੈ ਇੱਕ ਦੋ ਵੋਟਾਂ ਸਿਰਫ? ਨਹੀਂ, ਇਹਨਾਂ ਨੇ ਮੈਨੂੰ ਕਿਹਾ ਵੀ ਸਾਡਾ ਰੋਸ ਹੈ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਬਾਈਕਾਟ ਰਹੂ।